ਅਸੀਂ ਜਦੋਂ ਬੰਦੀਆਂ ਦੀ ਬਾਤ ਕਰਦੇ ਹਾਂ ਕਿ ਮੋਦੀ ਸਰਕਾਰ ਨੇ ਆਪਣੇ ਇੱਕ ਕੰਮ ਦਾ ਸਮਾਂ ਆ ਗਿਆ ਹੁਣ ਜ਼ਿਆਦਾ ਸਮਾਂ ਪਾਣਾ ਉੱਥੇ ਬੈਠਣ ਦਾ ਨਹੀਂ ਉਹਨਾਂ ਦੇ ਘਰ ਭੇਜ ਕੇ ਉਹਨਾਂ ਨੂੰ ਬੰਦ ਕਰਕੇ ਤਾਂ ਹੀ ਜਾ ਕੇ ਅੱਗੇ ਨਹੀਂ ਉਹ ਕਾਨੂੰਨ ਜਿਹੜੇ ਰੱਦ ਕਰਾਵਾਂਗੇ ਜੇ ਅਸੀਂ ਚੁੱਪ ਚਾਪ ਐਂ ਬੈਠੇ ਰਹੇ ਤਾਂ 500 ਰੁਪਏ ਦੇ ਲਈ ਸਾਡਾ ਕੋਈ ਹੱਲ ਨਹੀਂ ਹੋਣਾ ਅਸੀਂ ਆਪਦੇ ਸਾਡੇ ਆਪਦੇ ਪਿਓ ਆਪਦੇ ਰਾਜ ਜੀ ਕਰਾਈ ਜਾਣਗੇ ਬੱਚੇ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਜਿੰਨਾ ਚਿਰ ਉਹਨਾਂ ਦੇ ਨੱਕ ਦੇ ਸਾਹਮਣੇ ਕਰਦੇ ਉਹਨਾਂ ਦੇ ਸਾਡੀ ਕਿਸੇ ਨੇ ਸੁਣਾਈ ਨਹੀਂ ਕਰਦੇ ਕੋਈ अज संयुक्त किसान मोर्चे के वलों बंद का ऐलान सी बंद का सद्दा दिता गया सी जिस दे तहत तुहानू असी तमाम तस्वीर लगातार पहुँचा रहे हैं तुहानू दिखा रहे हैं कि अज किस तरह का माहौल खास करके पंजाब दे विच पंजाब दे विच पंजाब दीआं किसान जथेबंदियां दे वलों सब तो पहला बीड़ा चुकया गया सी पिछले साल जदों तुसी याद करदे हो तो लगभग जून तो लैके उस तो बाद दा जिहड़ा संघर्ष जो भखिया जो तपिया जो अज आसमानी चढ़िया संघर्ष वो पंजाब दीआं किसान जथेबंदियां दे नूं इह सिहरा जांदा है तो पंजाब ते सब तो वध फोकस करन दी जरूरत पैंदी है कि पंजाब दे विच अज माहौल किस तरह दा तां तुहानूं तस्वीरां असीं नैशनल हाईवे दीआं दिखा रहे हां इह नैशनल हाईवे बठिंडा तो अमृतसर और बठिंडा तो अगे पटियाला हुण जाण वाला यह नैशनल हाईवे है और असी इस वेले एग्जैक्ट असी पिंड चहल फरीदकोट बिल्कुल नाल खड़े हाँ इतों थोड़ी दूर से शहर फरीदकोट है और नैशनल हाईवे बंद किया हो इत्थे किसान भी ने इत्थे नौजवान भी है और तुहानू असी दूजियां तस्वीरां दिखावांगे जिथे मुख स्टेज चल रही है तो इस तरह के नाल इत्थे ट्रालियां ला के इस नैशनल हाईवे नूं रोक दिता गया जे दूजे पासे दी मैं गल करां जिहड़ियां तस्वीरां असी तुहानू दिखा रहे हां ये बठिंडा नूं जाण वाला रस्ता है और मेरे बिल्कुल मगर जेकर असी तस्वीर दिखाईए तो अमृतसर हो जाता है जानी अमृतसर और बठिंडा का जो करूंगा जेड़े गां अपने जरूर काम आउणगियां सो पहली गल तो मेरी यह है कि एकता अपने च बहुत जरूरी है एकता तो बिना कुछ नहीं बनना क्योंकि समाजिक बहुत सारिया भरातरी जथेबंदियों के वलों हुंगारा दिता गया सी तो असीं तमाम तस्वीर वो दिखाने की कोशिश करांगे जो तस्वीर अज के दिन कसदे तौर पर किसान जथेबंदियों के वलों अजिहा सद्दा देना भी कितना ना कि यही सुनेहा होंगे केंद्र सरकार को कि असी तुहाडा इस तरह के नाल कई करोड़ों का कई अरबों का नुकसान करते रहेंगे और तरीका यह है कि जेडे जो समान की ढोआ ढुआई चल रही है इन्हें कारपोरेटर की वे बिजनेसमैन की ढोआ ढुआई रोकी जाऊगी सीधे तौर पर उन्होंने भी फर्क पाऊगा तो सरकार भी कितना कि दबाव जोड़ा है वह पहुँचता है तो तुहानू असी तस्वीर दिखाने की कोशिश कर रहे हैं नैशनल हाईवे है नैशनल हाईवे अमृतसर
ਬਠਿੰਡਾ ਪਟਿਆਲਾ ਨੂੰ ਜਾਣ ਵਾਲਾ ਇਹ ਨੈਸ਼ਨਲ ਹਾਈਵੇ ਹੈ ਔਰ ਇਸ ਵੇਲੇ ਇਸਦਾ ਸੰਪਰਕ ਬਿਲਕੁਲ ਟੁੱਟਿਆ ਹੋਇਆ ਹੈ, ਆਵਾਜਾਈ ਬਿਲਕੁਲ ਬੰਦ ਹੈ, ਜਦਕਿ ਇਹ ਬਹੁਤ ਵਿਅਸਤ ਰਹਿਣ ਵਾਲਾ ਰੋਡ ਹੈ। ਇੱਥੇ ਲਗਾਤਾਰ ਜਿਹੜੀ ਆਵਾਜਾਈ ਹੈ ਉਹ ਨਿਰਵਿਘਨ ਚੱਲਦੀ ਹੈ, ਪਰ ਅੱਜ ਦੇ ਦਿਨ 4 ਵਜੇ ਤੱਕ ਐਲਾਨ ਹੈ ਕਿਸਾਨਾਂ ਦੇ ਵੱਲੋਂ ਕਿ ਅੱਜ ਇਹ ਬੰਦ ਰਹੇਗਾ ਔਰ 4 ਵਜੇ ਤੱਕ ਤੁਸੀਂ ਸਾਡਾ ਸਹਿਯੋਗ ਕਰੋ। ਤਾਂ ਸਾਹਮਣੇ ਤਸਵੀਰਾਂ ਦੇ ਵਿੱਚ ਤੁਹਾਨੂੰ ਕੁਝ ਸਾਧਨ ਖੜ੍ਹੇ ਨਜ਼ਰ ਆਉਣਗੇ, ਇਹਨਾਂ ਦੇ ਜਿਹੜੇ ਡਰਾਈਵਰ ਨੇ ਇਹਨਾਂ ਦੇ ਨਾਲ ਜਿਹੜੇ ਇਹ ਟਰੱਕਾਂ 'ਤੇ ਆਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਪੁੱਛਾਂਗੇ ਉਹਨਾਂ ਤੋਂ ਕਿ ਕੀ ਤੁਸੀਂ ਸਹਿਯੋਗ ਕਰਦੇ ਹੋ। ਜੇ ਸਹਿਯੋਗ ਕਰਦੇ ਹੋ ਤਾਂ ਅੱਜ ਦੇ ਬੰਦ ਦੇ ਵਿੱਚ ਜੇਕਰ ਤੁਹਾਨੂੰ 7 ਤੋਂ 8 ਘੰਟੇ ਵੇਟ ਕਰਨੀ ਪੈਂਦੀ ਹੈ, ਤਾਂ ਫਿਰ ਤੁਸੀਂ ਕਿਸ ਤਰ੍ਹਾਂ ਦੇ ਨਾਲ ਸੋਚ ਰਹੇ ਹੋ ਜਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਸੰਘਰਸ਼ ਦਾ ਸਮਰਥਨ ਕਰੋਗੇ। ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਥੱਲੇ ਇਸ ਪੁਲ ਦੇ ਥੱਲੇ ਜੋ ਮੁੱਖ ਸਟੇਜ ਚੱਲ ਰਹੀ ਹੈ ਉੱਥੇ ਜੋ ਲੋਕਲ ਕਿਸਾਨ ਲੀਡਰ ਨੇ ਜਾਂ ਆਮ ਪਹੁੰਚੇ ਹੋਏ ਕਿਸਾਨ ਨੇ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਅੱਜ ਦੇ ਬੰਦ ਨੂੰ ਸਮਰਥਨ ਕਰ ਰਹੀਆਂ ਨੇ, ਹੁੰਗਾਰਾ ਦੇ ਰਹੀਆਂ ਨੇ, ਹੱਕ ਦੇ ਵਿੱਚ ਜੋ ਨਾਰੇ ਮਾਰ ਰਹੀਆਂ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਆ ਸਾਹਮਣੇ ਤਸਵੀਰਾਂ ਦੇਖੋ ਕਿ ਬਹੁਤ ਸਾਰੇ ਟਰੱਕ ਜਿਹੜੇ ਨੇ ਇੱਕ ਲੰਬੀ ਕਤਾਰ ਦੇ ਵਿੱਚ ਇਸ ਨੈਸ਼ਨਲ ਹਾਈਵੇ 'ਤੇ ਖੜ੍ਹੇ ਆ। ਇਹ ਟਰੱਕ ਅੰਮ੍ਰਿਤਸਰ ਵਾਲੇ ਪਾਸਿਓਂ ਆਏ ਆ ਔਰ ਇਹਨਾਂ ਨੇ ਬਠਿੰਡਾ ਵਾਇਆ ਪਟਿਆਲਾ ਇਸ ਸਾਈਡ ਨੂੰ ਨਿਕਲਣਾ ਸੀ, ਪਰ ਇਹਨਾਂ ਨੂੰ ਹੁਣ 4 ਵਜੇ ਤੱਕ ਇੱਥੇ ਇੰਤਜ਼ਾਰ ਕਰਨਾ ਪਏਗਾ, ਇੱਥੇ ਹੀ ਰੁਕਣਾ ਪਏਗਾ। ਜਦਕਿ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਤੁਸੀਂ ਆਓ ਸਾਡੇ ਕੋਲੋਂ ਲੰਗਰ ਛਕੋ, ਠੰਡਾ ਪਾਣੀ ਪੀਓ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ। ਤਾਂ ਇਹ ਟਰੱਕ ਨੇ ਜਿਹੜੇ ਇਹ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਹੇ ਨੇ ਔਰ ਬਠਿੰਡਾ ਵਾਲੇ ਪਾਸੇ ਨੂੰ ਜਾਣਾ ਸੀ। ਕੁਝ ਵੀਰ ਵੀ ਬੈਠੇ ਨੇ ਸਾਡੇ ਨਾਲ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਕੀ ਹਾਲ ਚਾਲ ਹੈ, ਠੀਕ ਹੋ? ਤੁਸੀਂ ਇਹਨਾਂ ਟਰੱਕਾਂ 'ਤੇ ਹੋ ਕਿ ਕਿਸਾਨਾਂ ਨਾਲ? ਕਿਸਾਨਾਂ ਨਾਲ। ਅੱਛਾ, ਅੱਜ 4 ਵਜੇ ਤੱਕ ਦੀ ਕੌਲ ਆ, ਕਿਸ ਤਰ੍ਹਾਂ ਦਾ ਸਹਿਯੋਗ ਕਰ ਰਹੇ ਨੇ ਲੋਕ? ਬਹੁਤ ਵਧੀਆ ਸਹਿਯੋਗ, ਜਿਹੜੇ ਜਿਹੜੇ ਲੋਕ ਆਉਂਦੇ ਜਾਂਦੇ ਨੇ ਉਹ ਸਹਿਯੋਗ ਕਰ ਰਹੇ ਨੇ ਗੱਲਬਾਤ? ਵਧੀਆ ਮੰਨ ਕੇ ਵਾਪਸ ਆ ਰਹੇ। ਠੀਕ ਹੈ, ਜਾਣੀ ਠੀਕ ਤਰੀਕੇ ਦੇ ਨਾਲ ਲੋਕ ਟ੍ਰੀਟ ਕਰ ਰਹੇ ਨੇ? ਹਾਂਜੀ ਹਾਂਜੀ ਜੀ। ਤਾਂ ਸਿੱਧੇ ਤੌਰ 'ਤੇ ਇਹ ਸਭ ਤੋਂ ਵੱਡੀ ਗੱਲ ਔਰ ਸਭ ਤੋਂ ਵੱਡੀ ਸਮੱਸਿਆ ਇਸ ਗੱਲ ਦੀ ਹੁੰਦੀ ਹੈ ਕਿ ਜਿਹੜੇ ਲੋਕ ਆਉਣ ਜਾਣ ਵਾਲੇ ਨੇ, ਜਿਹਨਾਂ ਨੇ ਅੱਜ ਦੇ ਦਿਨ ਬਹੁਤ ਜ਼ਰੂਰੀ ਕੰਮਾਂ 'ਤੇ ਨਿਕਲਣਾ ਹੋਊਗਾ, ਉਹ ਕਿਸ ਤਰ੍ਹਾਂ ਦੇ ਨਾਲ ਸੋਚਦੇ ਨੇ ਜਦੋਂ ਉਹਨਾਂ ਨੂੰ ਇੱਕ ਬੈਰੀਗੇਟ ਜੋ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਉੱਥੋਂ ਆ ਕੇ ਵਾਪਸ ਜਾਣਾ ਪੈਂਦਾ ਜਾਂ ਹੋਰ ਰਸਤਿਆਂ ਤੋਂ ਨਿਕਲਣਾ ਪੈਂਦਾ, ਤਾਂ ਉਹ ਕਿਸ ਤਰ੍ਹਾਂ ਦੇ ਨਾਲ ਸੋਚਦੇ ਨੇ? ਤਾਂ ਅੱਜ ਦੇ ਦਿਨ ਇਹ ਸਭ ਤੋਂ ਜੋ ਸੋਚਣ ਦੇ ਤਾਂ ਵਿਸ਼ਾ ਜੋ ਬਣਦਾ ਉਹ ਅੱਜ ਦੇ ਦਿਨ ਇਹ ਵਿਸ਼ਾ ਹੋ ਜਾਂਦਾ। ਤਾਂ ਲੰਬੀ ਕਤਾਰ ਦੇ ਵਿੱਚ ਟਰੱਕ ਖੜ੍ਹੇ ਨੇ ਔਰ ਹੋਰ ਵੀ ਵੱਡੇ ਸਾਧਨ ਜਿਹੜੇ ਨੇ ਇੱਥੋਂ ਗੁਜ਼ਰਨੇ ਸੀ ਇਸ ਨੈਸ਼ਨਲ ਹਾਈਵੇ ਤੋਂ, ਉਹ ਜਿਹੜੇ ਨੇ ਇਸ ਵੇਲੇ ਵੇਟ ਕਰ ਰਹੇ ਨੇ ਕਿ ਕਦੋਂ 4 ਵੱਜਣਗੇ ਔਰ ਇਹ ਬੈਰੀਗੇਟ ਜੋ ਰੋਕਾਂ ਕਿਸਾਨਾਂ ਦੇ ਵੱਲੋਂ ਲਾਈਆਂ ਗਈਆਂ ਨੇ ਉਹ ਹਟਾ ਦਿੱਤੀਆਂ ਜਾਣਗੀਆਂ। ਤਾਂ ਇੱਧਰ ਵੀ ਕੁਝ ਜਿਹੜੇ ਲੋਕ ਨੇ ਰੈਸਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 4 ਵਜੇ ਤੱਕ ਕਿਤੇ ਵੀ ਨਹੀਂ ਜਾ ਹੋਣਾ, ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਕੀ ਹਾਲ ਹੈ, ਠੀਕ ਹੋ? ਕਿੱਥੋਂ ਪਹੁੰਚੋ ਬਾਈ? ਆ ਜਾਓ ਇੱਧਰ ਆ ਜਾਓ, ਵੇਖੀ ਸਿਰ 'ਚ ਨਾ ਮਰਾਲੀ ਭਰਾ।
ਭਾਈ ਲੋਕੇ ਤੋਂ ਜੀ। ਅੱਛਾ ਇਹ ਇਹ ਟਰਾਲੀ ਹੈ ਤੁਹਾਡੀ? ਤਾਂ ਤੁਹਾਨੂੰ ਅੱਜ ਪਹਿਲਾਂ ਪਤਾ ਸੀ ਇਸ ਗੱਲ ਦਾ ਕਿ ਅੱਜ ਇਹ ਬੰਦ ਹੋਊਗਾ 4 ਵਜੇ ਤੱਕ? ਨਹੀਂ ਸਰ ਪਤਾ ਨਹੀਂ ਸੀਗਾ। ਤਾਂ ਹੁਣ ਫਿਰ 4 ਵਜੇ ਤੱਕ ਵੇਟ ਕਰੋਗੇ? ਹਾਂਜੀ ਸਰ ਕਰਾਂਗੇ। ਕਿਸਾਨੀ ਸੰਘਰਸ਼ ਦਾ ਸਮਰਥਨ ਕਰਦੇ ਹੋ? ਹਾਂਜੀ ਸਰ ਪੂਰਾ ਸਮਰਥਨ ਕਰਦੇ ਹੋ? ਕੋਈ ਸਮੱਸਿਆ ਨਹੀਂ ਜੀ ਅੱਜ 4 ਵਜੇ ਤੱਕ ਖੜਨਾ ਪਊਗਾ? ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ। ਠੀਕ ਹੈ। ਤਾਂ ਤੁਹਾਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅੱਜ ਕੱਲ੍ਹ ਡਿਮਾਂਡਸ ਨੇ ਜਾਂ ਕਿਸ ਤਰ੍ਹਾਂ ਦੇ ਨਾਲ ਸੰਘਰਸ਼ ਚੱਲ ਰਿਹਾ ਪਿਛਲੇ ਸਾਲ ਦੇਖਦੇ ਹੋ ਸੋਸ਼ਲ ਮੀਡੀਆ 'ਤੇ? ਸਰ ਇੰਨਾ ਤਾਂ ਕਦੇ ਧਿਆਨ ਹੀ ਇੱਧਰ ਹੀ ਧਿਆਨ ਕੰਮ 'ਚ ਧਿਆਨ ਕੰਮ 'ਚ ਠੀਕ ਹੈ ਸਹਿਮਤਾ ਨਾਲ ਸਮਰਥਨ ਕਰਦੇ? ਠੀਕ ਹੈ ਸਿੱਧੇ ਤੌਰ 'ਤੇ। ਤਾਂ ਉਦੋਂ ਫਿਰ ਸਮੱਸਿਆ ਘੱਟ ਜਾਂਦੀ ਹੈ ਜਦੋਂ ਲੋਕ ਖੁਦ ਕਹਿਣ ਕਿ ਅਸੀਂ ਸਮਰਥਨ ਕਰਦੇ ਹਾਂ, ਕੋਈ ਐਸੀ ਗੱਲ ਨਹੀਂ ਹੈ। ਜੇਕਰ ਸਾਨੂੰ 4 ਵਜੇ ਤੱਕ ਜਾਂ ਇਸ ਤੋਂ ਵੀ ਲੇਟ ਜੇਕਰ ਰੁਕਣਾ ਪੈਂਦਾ ਤਾਂ ਉਹ ਸਮਰਥਨ ਕਰਦੇ ਨੇ ਸਿੱਧੇ ਤੌਰ 'ਤੇ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਐਸੀ ਸਮੱਸਿਆ ਨਹੀਂ ਹੈ। ਤਾਂ ਅਸੀਂ ਸਰਵਿਸ ਰੋਡ 'ਤੇ ਆ ਗਏ ਹਾਂ, ਨੈਸ਼ਨਲ ਹਾਈਵੇ ਉੱਪਰ 'ਤੇ ਸਰਵਿਸ ਰੋਡ 'ਤੇ ਹਾਂ, ਜਿੱਥੋਂ ਇਹ ਅੱਜ ਦਾ ਸਾਰੀ ਜੋ ਸਟੇਜ ਦੀ ਕਾਰਵਾਈ ਹੈ, ਜਾਣੀ ਇਸ ਪੁਆਇੰਟ ਦੀ ਇੱਕ ਪੁਆਇੰਟ ਹੈ ਜਿਹੜਾ ਪੁਲਿਸ ਦੀਆਂ ਜਥੇਬੰਦੀਆਂ ਦੇ ਵੱਲੋਂ ਇਹ ਪੁਆਇੰਟ ਵੀ ਇੱਕ ਮਿਥਿਆ ਗਿਆ ਸੀ। ਅਸੀਂ ਫਿਰ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੇ ਵੱਲੋਂ ਇੱਕ ਜੈਲ ਵੀ ਜਿਹੜਾ ਇਹ ਪੁਆਇੰਟ ਰੱਖਿਆ ਗਿਆ ਸੀ। ਕੁੱਲ 6 ਪੁਆਇੰਟ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦੇ ਵੱਲੋਂ ਸਾਂਝੇ ਤੌਰ 'ਤੇ ਫੈਸਲਾ ਲਿਆ ਗਿਆ ਸੀ ਕਿ 6 ਪੁਆਇੰਟ ਪੁਲਿਸ ਕੋਰਟ ਦੇ ਹੋਣਗੇ, ਜਿੱਥੇ ਵੱਖ ਵੱਖ ਥਾਵਾਂ 'ਤੇ ਰੋਕਿਆ ਜਾਊਗਾ ਔਰ ਉਹਨਾਂ ਪੁਆਇੰਟ 'ਤੇ ਹੀ ਜਿਹੜੇ ਨੇ ਉਹ ਪ੍ਰੋਗਰਾਮ ਕੀਤੇ ਜਾਣਗੇ। ਔਰ 4 ਵਜੇ ਤੱਕ ਸਟੇਜ ਦੀ ਕਾਰਵਾਈ ਚੱਲਣੀ ਆ, ਵੱਖ ਵੱਖ ਬੁਲਾਰੇ ਆਉਣਗੇ, ਵੱਖ ਵੱਖ ਬੁਲਾਰੇ ਆਪਣੀਆਂ ਤਕਰੀਰਾਂ ਰੱਖਣਗੇ, ਵੱਖ ਵੱਖ ਬੁਲਾਰੇ ਤਾਂ ਸਾਡੇ ਕੈਮਰੇ ਦੇ ਵਿੱਚ ਅਸੀਂ ਤੁਹਾਨੂੰ ਜਿੰਨਾ ਕੁ ਦਿਖਾ ਪਾਵਾਂਗੇ, ਕਿਉਂਕਿ ਦੂਰ ਤੱਕ ਅਸੀਂ ਕਵਰ ਨਹੀਂ ਕਰ ਸਕਦੇ, ਪਰ ਜਿੱਥੋਂ ਤੱਕ ਵੀ ਕੈਮਰਾ ਸਾਡਾ ਕਵਰ ਕਰ ਰਿਹਾ ਹੋਊਗਾ ਤੁਹਾਨੂੰ ਇੱਕ ਇਕੱਠ 'ਤੇ ਖੜ੍ਹੇ ਹੋਏ ਸਾਰੇ ਦਿਖਾਈ ਦੇਣਗੇ। ਤਾਂ ਅਸੀਂ ਇਸ ਵੇਲੇ ਸਰਵਿਸ ਰੋਡ 'ਤੇ ਹਾਂ, ਉੱਧਰ ਨਾਲ ਨੈਸ਼ਨਲ ਹਾਈਵੇ ਲੱਗ ਰਿਹਾ ਹੈ, ਉਹ ਬੰਦ ਕੀਤਾ ਗਿਆ ਥੱਲੇ ਲੰਗਰ ਵੀ ਜਿਹੜੇ ਨੇ ਉਹ ਕਿਸਾਨਾਂ ਦੇ ਲਈ ਲਗਾਏ ਗਏ ਆ। ਔਰ ਮੁੱਖ ਗੱਲ ਇਹ ਹੋ ਜਾਂਦੀ ਹੈ ਕਿ ਇੱਕ ਸਾਲ ਤੋਂ ਬਾਅਦ ਕਿਸ ਤਰ੍ਹਾਂ ਦਾ ਜੋ ਜੋਸ਼ ਜਜ਼ਬਾ ਰਹਿ ਜਾਂਦਾ ਕਿਸਾਨਾਂ ਦੇ ਵਿੱਚ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਸ਼ੁਰੂ ਦੇ ਵਿੱਚ ਤਾਂ ਜੁੜੀਆਂ, ਸ਼ੁਰੂ ਦੇ ਵਿੱਚ ਤਾਂ ਸਮਰਥਨ ਮਿਲਿਆ, ਪਰ ਕੀ ਇੱਕ ਸਾਲ ਤੋਂ ਬਾਅਦ ਵੀ ਉਹਨਾਂ ਦੇ ਵੱਲੋਂ ਸਮਰਥਨ ਹੈ? ਅੱਜ ਦੀ ਜੋ ਇਸ ਤੋਂ ਬਾਅਦ ਜਿਹੜੇ ਪ੍ਰੋਗਰਾਮ ਹੋਣਗੇ, ਸਭ ਤੋਂ ਵੱਧ ਸਮਝਣ 'ਤੇ ਜੋ ਸਮਝਣ ਦੀ ਲੋੜ ਹੋਏਗੀ ਇਹੀ ਹੋਏਗੀ ਕਿ ਕੀ ਜਥੇਬੰਦੀਆਂ ਜਿਹੜੀਆਂ ਭਰਾਤਰੀ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਜੋ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦੀਆਂ ਸੀ, ਅੱਜ ਕਿਸ ਤਰ੍ਹਾਂ ਦੇ ਨਾਲ ਕਰਦੀਆਂ। ਤਾਂ ਸਿੱਧੇ ਤੌਰ 'ਤੇ ਅੱਜ ਦੇ ਦਿਨ ਜਿਸ ਤਰ੍ਹਾਂ ਦੇ ਇਕੱਠ, ਜਿਸ ਤਰ੍ਹਾਂ ਦੇ ਨਾਲ ਲੋਕ ਸਹਿਜ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਵਿਚਰ ਰਹੇ ਨੇ, ਜਾਂ ਸਹਿਜ ਤਰੀਕੇ ਦੇ ਨਾਲ ਜਿਵੇਂ ਸਮਝਾਇਆ ਜਾਂਦਾ ਉਹ ਉੱਥੋਂ ਵਾਪਸ ਚਲੇ ਜਾਂਦੇ ਨੇ ਇਹ ਗੱਲ ਸਮਝ ਕੇ, ਤਾਂ ਸਿੱਧੇ ਤੌਰ 'ਤੇ ਅੱਜ ਵੀ ਸਮਰਥਨ ਉਸੇ ਤਰ੍ਹਾਂ ਦੇ ਨਾਲ ਹੀ ਜੋ ਸਮਝ ਆ ਰਿਹਾ ਉਸੇ ਤਰੀਕੇ ਦੇ ਨਾਲ ਹੀ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਸ਼ੁਰੂ ਦੇ ਵਿੱਚ ਜਦੋਂ 2020 ਦੇ ਵਿੱਚ ਨਵੰਬਰ ਦੇ ਮਹੀਨੇ 'ਚ ਦਿੱਲੀ ਜਾ ਕੇ ਮੋਰਚਾਬੰਦੀ ਹੋਈ, ਘੇਰਾਬੰਦੀ ਹੋਈ, ਉਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਮਰਥਨ ਉਸ ਵੇਲੇ ਮਿਲਦਾ ਰਿਹਾ, ਤਾਂ ਉਸੇ ਤਰੀਕੇ ਦੇ ਨਾਲ ਹੀ ਅੱਜ ਵੀ ਕਿਤੇ ਨਾ ਕਿਤੇ ਉਹ ਸਮਰਥਨ ਨਜ਼ਰ ਆਉਂਦਾ।
ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਪੁਆਇੰਟਸ ਤੇ ਕਿਉਂਕਿ ਪੰਜਾਬ ਭਰ ਦੇ ਵਿੱਚ ਬੰਦ ਦਾ ਐਲਾਨ ਆ ਪੰਜਾਬ ਭਰ ਦੇ ਵਿੱਚ ਅੱਜ ਜਗ੍ਹਾ ਜਗ੍ਹਾ ਪੁਆਇੰਟ ਜਿਹੜੇ ਆ ਲੋਕਲ ਜਥੇਬੰਦੀਆਂ ਦੇ ਵੱਲੋਂ ਜੋ ਜ਼ਿਲ੍ਹਿਆਂ ਦੀਆਂ ਜਥੇਬੰਦੀਆਂ ਜਾਂ ਇਕਾਈਆਂ ਬਣੀਆਂ ਹੋਈਆਂ ਉਹਨਾਂ ਦੇ ਵੱਲੋਂ ਜਿੱਥੇ ਜਿੱਥੇ ਫੈਸਲੇ ਕੀਤੇ ਗਏ ਆ ਬਿਲਕੁਲ ਸਹਿਜ ਤਰੀਕੇ ਦੇ ਨਾਲ ਉਹ ਨਿਭਾਏ ਜਾ ਰਹੇ ਆ ਅੱਜ ਕੁਝ ਹੀ ਸਮੇਂ ਤੋਂ ਬਾਅਦ ਜਾਣੀ ਲਗਭਗ 1 ਵਜਣ ਦੇ ਕਰੀਬ ਹੈ ਔਰ ਹੁਣ ਤੋਂ ਠੀਕ 3 ਘੰਟੇ ਬਾਅਦ ਜਾਣੀ 4 ਵਜੇ ਇਹ ਰੋਪਾਂ ਖੋਲ੍ਹ ਦਿੱਤੀਆਂ ਜਾਣਗੀਆਂ ਔਰ ਰਾਹੀ ਉਸੇ ਤਰੀਕੇ ਦੇ ਨਾਲ ਆ ਜਾ ਸਕਦੇ ਨੇ ਆਵਾਜਾਈ ਫਿਰ ਉਸੇ ਤਰੀਕੇ ਦੇ ਨਾਲ ਬਹਾਲ ਹੋ ਜਾਏਗੀ ਔਰ ਅੱਜ ਦੇ ਦਿਨ ਸਿਰਫ ਇਹ ਸੁਨੇਹਾ ਜਿਹੜਾ ਉਹ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿ ਤੁਸੀਂ ਜੇਕਰ 1 ਸਾਲ ਤੋਂ ਬਾਅਦ ਵੀ ਟੱਸ ਤੋਂ ਮਸ ਨਹੀਂ ਹੋਏ ਤਾਂ ਅਸੀਂ 1 ਸਾਲ ਤੋਂ ਬਾਅਦ ਵੀ ਉਸੇ ਤਰ੍ਹਾਂ ਦੇ ਨਾਲ ਕਾਇਮ ਹਾਂ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ ਦਿਨ ਤੋਂ ਇਹ ਸੰਘਰਸ਼ ਸ਼ੁਰੂ ਕੀਤਾ ਸੀ ਤਾਂ ਸਿੱਧੇ ਤੌਰ 'ਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਨ੍ਹਾਂ 'ਤੇ ਅੱਜ ਕਾ ਖਾਸ ਧਿਆਨ ਦੇਣ ਦੀ ਲੋੜ ਰਹੇਗੀ ਉਹ ਇਹੀ ਰਹੇਗਾ ਕਿ ਕਿਸ ਤਰੀਕੇ ਦੇ ਨਾਲ ਅੱਜ ਦੇ ਸੰਘਰਸ਼ ਨੂੰ ਹੁੰਗਾਰਾ ਮਿਲਦਾ ਹੈ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਅੱਜ ਦੇ ਹੁੰਗਾਰੇ ਨੂੰ ਲੋਕਾਂ ਦੇ ਇਸ ਸਮਰਥਨ ਨੂੰ ਦੇਖਦੇ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਫਰਕ ਪੈਣਾ ਹੈ ਜਾਂ ਫਿਰ ਕੀ ਡੈਡਲੋਕ ਟੁੱਟਣ ਦੇ ਵਿੱਚ ਅੱਜ ਦੀ ਇਹ ਕੌਲ ਹੈ ਜਿਹੜੀ ਇਹ ਸਹਾਈ ਸਿੱਧ ਹੋਊਗੀ ਤਾਂ ਇਸ ਵੇਲੇ ਕਹਿ ਸਕਦੇ ਹਾਂ ਕਿ ਅੱਜ ਦਾ ਇਹ ਧਰਨਾ ਅੱਜ ਦਾ ਇਹ ਸੱਦਾ ਪੀਕ ਟਾਈਮ ਹੈ ਇਸ ਵੇਲੇ ਔਰ ਵੱਡੇ ਵੱਡੇ ਇਕੱਠ ਜਿਹੜੇ ਨੇ ਉਹ ਜਗ੍ਹਾ ਜਗ੍ਹਾ ਹੋ ਰਹੇ ਨੇ ਲੋਕ ਖੁੱਲ੍ਹੇ ਮਨ ਦੇ ਨਾਲ ਅੱਜ ਦੇ ਦਿਨ ਦੀ ਦਿੱਤੀ ਕੌਲ ਨੂੰ ਸਮਰਥਨ ਕਰ ਰਹੇ ਹੈ ਖੁੱਲ੍ਹੇ ਦਿਲ ਦੇ ਨਾਲ ਅੱਜ ਦੀ ਇਸ ਕੌਲ ਨੂੰ ਟੂਰ ਚੜ੍ਹਾਉਣ ਦੇ ਲਈ ਲੋਕ ਪੱਬਾਂ ਭਾਰ ਨੇ ਪੀਕ 'ਤੇ ਅੱਜ ਦੇ ਦਿਨ ਔਰ ਵੱਡੇ ਇਕੱਠ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਇਹ ਜ਼ਿਲ੍ਹਾ ਫਰੀਦਕੋਟ ਦੇ ਚਹਿਲ ਪਿੰਡ ਦੇ ਬਿਲਕੁਲ ਨਜ਼ਦੀਕ ਨੈਸ਼ਨਲ ਹਾਈਵੇ ਨੀਚੇ ਇਹ ਵੱਡਾ ਬਹੁਤ ਸਾਰੀਆਂ ਰਾਤਰੀ ਕਿਸਾਨੀ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਸ਼ਹੀਦ ਹੋਏ ਆ ਉਹ ਹਮੇਸ਼ਾ ਦਿਲਾਂ ਦੇ ਅੰਦਰ ਆਪਣੇ ਜਵਾਨ ਰਹਿਣਗੇ ਇੱਕ ਪਾਸੇ ਮੋਦੀ ਦੀ ਗੌਰਮੈਂਟ ਦੂਸਰੀ ਗੱਲ ਤੈਅ ਕਰਦੇ ਆ ਕਿ ਸਿਖਰ ਤੱਕ ਪਹੁੰਚਣ ਦੇ ਲਈ